ਗੁਰਦਾਸ ਮਹਾਰਾਜ ਕੀ ਜੈ। ਬੋਲੋ ਜੀ, ਜੈ ਗੁਰਦੇਵ। ਧੰਨ ਗੁਰਦੇਵ। ਪੰਛੀ ਨੂੰ ਗੱਡੀ ਜਾਣੀ ਹੈ, ਕੋਈ ਜਾਓ ਨਸੀਬਾਂ ਵਾਲਾ, ਕੋਈ ਜਾਓ ਨਸੀਬਾਂ ਵਾਲਾ। ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ, ਜੋ ਅੱਜ ਸਤਿਗੁਰੂ ਸਵਾਮੀ ਸੰਤ ਗੁਰਦੀਪ ਗਿਰੀ ਮਹਾਰਾਜ ਜੀ ਦੇ ਰਹਿਨੁਮਾਈ ਹੇਠ ਸੰਗਤਾਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਕਾਂਛੀ ਸ੍ਰੀ ਗੁਰਦਨਪੁਰ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਪਠਾਨਕੋਟ ਤੋਂ, ਜੰਮੂ ਤੋਂ ਸੰਗਤਾਂ ਚੱਲੀਆਂ, ਜੋ ਅੱਜ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਪਹੁੰਚਣ 'ਤੇ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ। ਸੰਗਤਾਂ ਦੇ ਵਿੱਚ ਆਨੰਦ, ਜੋ ਖੁਸ਼ੀ ਹੈ ਕਿ ਪ੍ਰੇਮ ਪੰਥ ਕੀ ਪਾਲਕੀ ਰਵਿਦਾਸ ਬੈਠੇ ਹੋ ਆਏ, ਸਾਚੇ ਸਵਾਮੀ ਮਿਲਣ ਕੋ ਆਨੰਦ ਕਿਹੋ ਨਾ ਜਾਏ। ਕਿ ਪ੍ਰੇਮ ਦੀ ਪਾਲਕੀ ਦੇ ਵਿੱਚ ਸਾਡੇ ਸਤਿਗੁਰ ਬੈਠ ਕੇ ਆ ਰਹੇ ਆ, ਅਤੇ ਉਹਨਾਂ ਦਾ ਜਿਹੜਾ ਮਿਲਣ ਦਾ ਆਨੰਦ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ, ਅੱਖਰਾਂ ਦੇ ਵਿੱਚ ਬੋਲਿਆ ਨਹੀਂ ਜਾ ਸਕਦਾ, ਅਤੇ ਜੇ ਕਹਿ ਦਈਏ ਕਿ ਉਹਨੂੰ ਆਪਾਂ ਦੱਸ ਨਹੀਂ ਸਕਦੇ। ਇੰਨੀ ਖੁਸ਼ੀ, ਇੰਨਾ ਆਨੰਦ ਹੈ ਸੰਗਤਾਂ ਦੇ ਵਿੱਚ। ਤੋ ਅਸੀਂ ਭਾਗਾਂ ਵਾਲੇ ਹਾਂ ਕਿ ਜੋ ਸੰਤਾਂ ਮਹਾਂਪੁਰਸ਼ਾਂ ਦੇ ਅੱਜ ਦਰਸ਼ਨ ਕਰਾਂਗੇ, ਅਤੇ ਉਹਨਾਂ ਨੂੰ ਇੱਥੇ ਜੋ ਸੰਗਤਾਂ ਵੱਲੋਂ ਕਾਂਛੀ ਬਨਾਰਸ ਨੂੰ ਗੱਡੀ ਜਾ ਰਹੀ ਹੈ ਉਹਦੇ ਵਿੱਚ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਸੰਗਤਾਂ ਨੂੰ ਇੱਥੇ ਤੋਰਾਂਗੇ। ਜੈ ਗੁਰਦੇਵ। ਧੰਨ ਗੁਰਦੇਵ ਜੀ। ਜੋ ਬੋਲੇ।